ਅੱਛਾ ਜੀ, ਮਾਸ਼ਾਅੱਲਾ, ਦੋਨੋਂ ਜਾਨਵਰ ਪਹਿਲੇ, ਦੋ ਜਾਨਵਰ ਜਿਹੜੇ ਤੁਹਾਡੇ ਮੌਜੂਦ ਹਨ, ਪਹਿਲੇ ਉਹ ਚੈੱਕ ਕਰਵਾਉਣੇ, ਉਸ ਤੋਂ ਬਾਅਦ ਇੱਕ ਘੋੜੀ ਹੋਰ ਮੌਜੂਦ, ਇੱਕ ਮੈਂ ਤੋਂ ਚੈੱਕ ਕਰਵਾਉਣੇ। ਅਸਲਾਮੁ ਅਲੈਕੁਮ ਨਾਜ਼ਰੀਨ, ਮੈਂ ਤੁਹਾਡਾ ਮੇਜ਼ਬਾਨ ਇਮਰਾਨ ਤੇ ਤੁਸੀਂ ਵੇਖ ਰਹੇ ਹੋ ਯੂਟਿਊਬ ਚੈਨਲ ਪੀਕੇ ਜਾਨਵਰ। ਅੱਜ ਅਸਾਂ ਇਸ ਟਾਈਮ ਜ਼ਿਲ੍ਹਾ ਜੰਗ ਤਹਿਸੀਲ ਸ਼ੋਰਕੋਟ ਦੇ ਵਿੱਚ ਪੀਰ ਅਕਰਮ ਸ਼ਾਹ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ। ਮਾਸ਼ਾਅੱਲਾ, ਤਿੰਨ ਜਾਨਵਰ ਉਹਨਾਂ ਦੇ ਕੋਲ ਮੌਜੂਦ ਹਨ, ਕੁਮੈਤ ਘੋੜੀ, ਕੁਮੈਤ ਵਛੇਰਾ ਤੇ ਕੁਮੈਤ ਘੋੜਾ, ਇੱਕ ਘੋੜੀ, ਦੋ ਘੋੜੀਆਂ, ਦੋ ਕੁਮੈਤ ਘੋੜੀਆਂ ਔਰ ਇੱਕ ਕੁਮੈਤ ਵਛੇਰਾ, ਤਿੰਨ ਜਾਨਵਰਾਂ ਦਾ ਦੋਸਤਾਂ ਨੂੰ ਸ਼ੌਕ ਪੂਰਾ ਕਰਵਾਉਂਦੇ ਹਾਂ। ਸਾਰਿਆਂ ਤੋਂ ਪਹਿਲੇ ਸਾਡੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਤੇ ਪਹਿਲੀ ਵਾਰ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਬੈਲ ਆਈਕਨ ਦਬਾ ਲਓ ਤਾਂ ਕਿ ਡੇਲੀ ਦੀ ਬੇਸ ਤੇ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ, ਮੁਕੰਮਲ ਤੌਰ ਤੇ ਚੈੱਕ ਕਰਵਾਏ ਜਾ ਸਕਣ, ਉਹਨਾਂ ਦੇ ਫੰਕਸ਼ਨ ਵਗੈਰਾ ਚੈੱਕ ਕਰਵਾਏ ਜਾ ਸਕਣ। ਚਲੋ ਜੀ, ਕਰਦੇ ਹੁਣ ਵੀਡੀਓ ਦਾ ਸਟਾਰਟ। ਅੱਛਾ ਜੀ, ਮਾਸ਼ਾਅੱਲਾ, ਦੋਨੋਂ ਜਾਨਵਰ ਪਹਿਲੇ, ਦੋ ਜਾਨਵਰ ਜਿਹੜੇ ਤੁਹਾਡੇ ਮੌਜੂਦ ਹਨ, ਪਹਿਲੇ ਉਹ ਚੈੱਕ ਕਰਵਾਉਣੇ, ਉਸ ਤੋਂ ਬਾਅਦ ਇੱਕ ਘੋੜੀ ਹੋਰ ਮੌਜੂਦ, ਇੱਕ ਮੈਂ ਤੋਂ ਚੈੱਕ ਕਰਵਾਉਂਦੇ ਹਾਂ, ਅੱਛੀ ਰੀਤੀ ਨਾਲ ਦੇ ਕਰਵਾਉਂਦੇ ਹਾਂ ਜੀ ਸ਼ੌਕ, ਫਿਰ ਬਾਈ ਉਹਨਾਂ ਨਾਲ ਕਰਦੇ ਹਾਂ ਜੀ ਗੱਲਾਂ ਬਾਤਾਂ, ਇੱਕ ਇੱਕ ਜਾਨਵਰ ਨੂੰ ਪਹਿਲੇ ਅੱਛੀ ਰੀਤੀ ਤਸੱਲੀਆਂ ਦੇ ਨਾਲ ਚੈੱਕ ਕਰਵਾਉਂਦੇ। ਮਾਸ਼ਾਅੱਲਾ, ਪਹਿਲੇ ਘੋੜੀ ਚੈੱਕ ਕਰ ਲਓ, ਇਹਦਾ ਇੱਕ ਪੈਰ ਮੇਰੇ ਖਿਆਲ ਦੁੱਧ ਹੋਇਆ ਚਿੱਟਾ ਪਿੱਛੋਂ, ਮਾਸ਼ਾਅੱਲਾ, ਜੋੜ ਮੁੱਠੇ ਗਮਚੀਆਂ, ਜਾਦਾਂ ਸੱਜੇ ਸਾਈਡ, ਕੰਨ ਕਨੋਤੀ, ਮੱਥੇ ਸਰੀ ਠੀਕ ਹੋ ਗਿਆ, ਸੀਨਾ ਚੈੱਕ ਕਰ ਤੇ ਉਸ ਤੋਂ ਬਾਅਦ ਇੱਕ ਪੈਰ ਦੁੱਧ ਹੋਇਆ, ਪੁੱਠੇ ਵਗੈਰਾ ਚੈੱਕ ਕਰ ਲਓ ਤੇ ਬੈਕ ਸਾਈਡ ਤੋਂ ਵੀ ਚੈੱਕ ਕਰਵਾ ਦੇਣਾ ਦੋਸਤਾਂ ਨੂੰ, ਅੱਛੀ ਤਰ੍ਹਾਂ ਚੈੱਕ ਕਰ ਲਓ, ਫਿਰ ਇਹਦੀ ਕਰਨੇ ਬਾਕੀ ਉਹਨਾਂ ਜਿਗਲ ਮਤਲਬ ਭਾਈ ਉਹਨਾਂ ਗੱਲਾਂ ਬਾਤਾਂ। ਅੱਛਾ ਜੀ, ਇਹਦੀ ਘੋੜੀ ਦੀ ਕੀ ਉਮਰ ਹੈ ਸ਼ਹਿਜ਼ਾਦਾ? ਪੰਜ ਤੇ ਕੱਦ ਚੋਖਾ ਹੈ, ਡਿਮਾਂਡ ਪੁੱਛ ਲੈਣੇ। ਉਸ ਤੋਂ ਬਾਅਦ ਵਛੇਰਾ, ਇਸਦੇ ਪਿਛਲੇ ਪੈਰ ਦੋ ਧੋਤੇ ਹੋਏ, ਪਿਛਲੇ ਦੋ ਪੈਰ ਧੋਤੇ, ਜੋੜ ਮੁੱਠੇ ਗਮ ਚੈੱਕ ਕਰ ਲੋ ਤੇ ਮੱਥੇ ਸਰੀ, ਉਮਰ ਇਹਦੀ ਚੋਖੀ 16 ਮਹੀਨੇ, ਉਮਰ ਇਹਦੀ 16 ਮਹੀਨੇ ਦਾ ਵਛੇਰਾ ਠੀਕ ਹੈ, ਕੁਮੈਤ ਪਿਛਲੇ ਪੈਰ ਦੋ ਧੋਤੇ ਹੋ ਤੇ ਪੁੱਠੇ ਵਗੈਰਾ ਚੈੱਕ ਕਰ ਲਓ, ਬੈਕ ਸਾਈਡ ਤੋਂ ਅੱਛੀ ਤਰ੍ਹਾਂ ਚੈੱਕ ਕਰਵਾ ਦੇਣੇ। ਅੱਛਾ ਠੀਕ ਹੈ, ਤੇ ਇਹਦੀ ਉਮਰ ਕਿੰਨੀ? 14 ਮਹੀਨੇ ਦੱਸੀਏ, 16 ਮਹੀਨੇ ਦੀ ਉਮਰ ਹੈ। ਹੁਣ ਇੱਕ ਇੱਕ ਜਾਨਵਰ ਦੀ ਮਾਨਾ ਥੋੜ੍ਹੀ ਦੁੜਾਕ ਹੋ ਜਾਵੇ, ਹੋ ਬਾਈ ਸੀ ਸ਼ਹਿਜ਼ਾਦੇ ਕਰਾ ਕਿ ਸੇਕ ਦੀ ਦੋ ਉਹਦੇ ਉਸੇ, ਚਲੋ ਉਦਾਂ ਹੀ ਲਈ ਜਾਓ, ਚਲੋ ਲਈ ਜਾਓ ਜਿੱਦਾਂ ਅਸੀਂ ਤਾਂ ਕਰਾ ਲੈਂਦੇ ਹਾਂ। ਦੁੜਾਕ ਵਛੇਰੇ ਦੀ ਚੈੱਕ ਕਰਵਾ ਰਹੇ ਹਾਂ, ਗਰਮੀ ਬੜੀ ਹੈ, ਇਤਨਾ ਕੁਝ ਗੁਜ਼ਾਰਾ ਕਰਵਾ ਸਕਦੇ ਹਾਂ, ਕੀ ਕਰੀਏ ਫਿਰ, ਇਹ ਵੀ ਬੜੀ ਗੱਲ ਹੈ, ਯਕੀਨ ਕਰੋ ਇਤਨੀ ਸਖਤ ਗਰਮੀ ਦੇ ਵਿੱਚ ਤਾਂ ਹੀ ਲਈ ਆ ਤਾਂ ਬਸ ਕਰ, ਮੁੜ ਗਰਮੀ ਬੜੀ ਹੈ, ਮੋੜੇ ਜ਼ਲੀਲ ਕਰ ਇਹਨਾਂ ਨੂੰ ਕੁਛ ਵਗੈਰਾ ਕਰਨਾ। ਹੁਣ ਘੋੜੀ ਦੀ ਕਰਵਾ ਵੀ ਚਾਹ, ਲਾਇਆ ਅੱਛਾ ਜੀ, ਹੁਣ ਇਹਨਾਂ ਦੀ ਡਿਮਾਂਡ ਸ਼ਿਮਾਂਡ ਦੀ ਕੀ ਗੱਲ ਹੈ? ਘੋੜੀ ਦੀ ਪਹਿਲੀ ਗੱਲ ਕਰੀਏ, ਇਹਦੀ ਜੀ ਡਿਮਾਂਡ ਮੰਗਦੇ ਪਏ ਜੀ 4.5 ਲੱਖ। ਅੱਛਾ ਜੀ, 3.5 ਲੱਖ ਵਛੇਰੇ, 3.5 ਲੱਖ ਵਛੇਰੇ ਦੀ। ਚੜ ਜਾ ਯਾਰ, ਤੈਨੂੰ ਰੋਕਣਾ ਕਾ ਹੈ, ਅੱਗੇ ਤੈਨੂੰ ਵਿਖੀਂਦਾ, ਤੂੰ ਤਾਂ ਸ਼ੌਕ ਰੱਖੇ ਇੰਨਾ ਚੜ੍ਹਨ ਦੀ, ਤੈਨੂੰ ਕਾਫੀ ਵਿਖੀਂਦਾ ਮੰਡੀਆਂ 'ਚ ਤੇ ਇੱਥੇ ਹੀ, ਤੇਰਾ ਸ਼ੌਕ ਕਦੀ ਨਹੀਂ ਮੱਠ ਹੋ ਸਕਦਾ, ਚੰਗੀ ਹੈ ਤੋਰ ਤਾਂ ਚੰਗੀ ਟੁਰਦੀ ਹੈ, ਮਾਸ਼ਾਅੱਲਾ ਟੋਰ ਸੋਹਣਾ ਟੁਰਦੀ ਹੈ।
ਅੱਛਾ ਜੀ ਹੁਣ ਤਰੀਕ ਗੋੜੀ ਮੈਂ ਚੈੱਕ ਕਰਾ ਲਵੀਏ ਹੈ ਤੇਰੀ ਖੈਰ ਹੋਵੇ ਹਾਲੀ ਤਾਂ ਜਗ੍ਹਾ ਘੱਟ ਨਹੀਂ ਤੇ ਸਪੀਡ ਚੰਗੀ ਅਸੂ ਤੇ ਮੈਂ ਸਪੀਡ ਚੰਗੀ ਅਸੂ ਹਾਲੀ ਤਾਂ ਜਗ੍ਹਾ ਕਾ ਹੀ ਨਹੀਂ ਥੋੜ੍ਹੀ ਜਗ੍ਹਾ ਇਤਨੀ ਸਪੀਡ ਨਾ ਪੈਂਦੀ ਬਸ ਕਰੋ ਹੁਣ ਬਸ 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 ਹੁਣ ਇਹ ਯੋਗ ਹੋ ਜਾਂਦਾ ਅੱਛਾ ਹੁਣ ਤਰੀ ਗੋੜੀ ਚੈੱਕ ਕਰਵਾਵੀਏ ਉਸ ਤੋਂ ਬਾਅਦ ਇਹ ਰੇਸਰ ਗੋੜੀ ਹੈ ਅੱਛਾ ਜੀ ਇਹਦਾ ਇੱਕ ਪੈਰ ਮੇਰੇ ਖਿਆਲ ਇੱਕੋ ਦੁੱਤ ਹੋਇਆ ਦੋ ਚਲੋ ਚੈੱਕ ਕਰਵਾ ਲੈਂਦੇ ਅੱਛਾ ਜੀ ਠੀਕ ਹੋ ਗਿਆ ਜੀ ਰੇਸਰ ਗੋੜੀ ਮੱਥੇ 'ਚ ਕੀ ਜੀ ਸਰੀ ਹੈ ਮੱਥੇ ਸਰੀ ਗਿਣੀ ਪੈਂਦੀ ਠੀਕ ਹੈ ਅਗਲੇ ਜੋੜ ਮੁੱਠੇ ਗਮ ਜੀ ਮੇਰੇ ਖਿਆਲ ਖਲੋ ਕੇ ਮੇਰੇ ਖਿਆਲ 6 ਦਿਨ ਤੋਂ ਥੋੜ੍ਹਾ ਖਲੋਤੀ ਰਹੀ ਆ ਮਤਲਬ ਉਹ ਸੋਮ ਸ਼ੋਮ ਤੋਂ ਨਹੀਂ ਬਣਵਾ ਬਾਕੀ ਗੋੜੀ ਚੰਗੀ ਲੱਗਦੀ ਪਈ ਹੈ ਉਹਨਾਂ ਸਾਲ ਤਾਂ ਦੱਸੇ ਦੀ ਪਈ ਹੈ ਲੇਕਿਨ ਮੇਰੇ ਖਿਆਲ ਥੋੜ੍ਹੀ ਬਸ ਆ ਸੋਮ ਸ਼ੋਮ ਵਾਲੀ ਨਹੀਂ ਤੋਂ ਬਣਵਾਏ ਪੈਰ ਤਾਂ ਯਾਰ ਹੇਕ ਨਹੀਂ ਦੁੱਧ ਦਿਸਦਾ ਪਿਆ ਦੂਆ ਕੀ ਦੂਆ ਆ ਗਿਆ ਦੂਆ ਥੋੜ੍ਹਾ ਹੀ ਹੈ ਉਦਨਾ ਤਾਂ ਮੁੜ ਚੱਲ ਵੈਂਦਾ ਠੀਕ ਹੈ ਤੇ ਇਹਦੀ ਉਮਰ ਚੌਕੀ ਹੈ ਸ਼ੁਰੂ 5 ਹੈ ਇਹਦਾ ਕੱਲ ਚੌਕਾ 62 ਰੇਸਰ ਗੋੜੀ ਹੈ ਵੱਟੇ ਤੂੰ ਮਾਰਾ ਹੂਆ ਗੋੜੀ ਚੋਦੀ ਨੂੰ ਅੱਛਾ ਤੇ ਇਹਦੀ ਹੁਣ ਡਿਮਾਂਡ ਸ਼ਿਮਾਂਡ ਕੀ ਹੈ ਗਰਮੀ ਬੜੀ ਹੈ ਤੇ ਨਾ ਜ਼ਲੀਲ ਕਰੋ ਗਰਮੀ ਬੜੀ ਹੈ ਨਾ ਇਸ ਇੱਕ ਵਜੇ ਦਾ ਟਾਈਮ ਹੈ ਇਤਨੀ ਗਰਮੀ ਹੈ ਤੇ ਆਪਣਾ ਨੰਬਰ ਦੁਬਾਰਾ ਬੋਲ 143 ਜ਼ਿਲ੍ਹਾ ਜੰਗ ਤਹਿਸੀਲ ਸ਼ੋਰਕੋਟ ਲੱਗਦੀ ਤੁਹਾਨੂੰ ਦੂਸਰਾ ਨੰਬਰ 0328 804 44 73 ਠੀਕ ਹੋ ਗਿਆ ਅਗਰ ਕਿਸੇ ਲੈਣੀ ਹੋ ਤੁਹਾਡੇ ਨਾਲ ਰਾਬਤਾ ਕਰੇ ਮਿਲ ਵਜੇ ਇਹਨਾਂ ਤੋਂ ਇਲਾਵਾ ਤੁਹਾਡੇ ਕੋਲ ਹੋਰ ਜਾਨਵਰ ਹੀ ਮੌਜੂਦ ਹੁੰਦੇ ਇਹ ਨਹੀਂ ਕਿ ਲਾਜ਼ਮੀ ਕਿ ਕੋਈ 3 ਵੇਖ ਕੇ ਜਾਣਾ ਤੁਹਾਡੇ ਨਾਲ ਰਾਬਤਾ ਕਰੇ ਹੋਰ ਹੀ ਤੁਹਾਡੇ ਕੋਲ ਬੜੀ ਤਦਾਦ ਹੈ ਜਾਨਵਰ ਜੀ ਸਾਡੇ ਕੋਲ ਮਹੀਨੇ ਦੇ ਵਿੱਚ 25 ਜਾਨਵਰ ਆਉਂਦੇ ਜਾਂਦੇ ਰਹਿੰਦੇ ਅੱਛਾ ਜੀ ਇਸ ਤਰ੍ਹਾਂ ਦਾ ਕਿਸਨ ਚਾਹੀਦਾ ਹੋਵੇ ਤੁਹਾਨੂੰ ਇਸ ਤਰ੍ਹਾਂ ਦਾ ਜੀ ਕਿਸਨ ਚਾਹੀਦਾ ਠੀਕ ਹੋ ਗਿਆ ਮਾਸ਼ਾਅੱਲਾ 3 ਜਾਨਵਰਾਂ ਦੀ ਵੀਡੀਓ ਦੋਸਤਾਂ ਨੂੰ ਸ਼ੌਕ ਪੂਰਾ ਕਰਵਾਇਆ ਉਹ ਅਸੀਂ ਵੀਜ਼ਾ ਟੂ ਕਰਨੇ ਆ ਹੋਰ ਵੀ ਜਾਨਵਰ ਬਾਈ ਕੋਲ ਮੌਜੂਦ ਹਨ ਚਲੋ ਇਹਨੂੰ ਬੰਦ ਹੈ ਤੇ 3 ਜਾਨਵਰਾਂ ਦਾ ਦੋਸਤਾਂ ਨੂੰ ਸ਼ੌਕ ਪੂਰਾ ਕਰਵਾਇਆ ਜਿਸ ਦੇ ਵਿੱਚ 2 ਕੁਮੈਦ ਘੋੜੀਆਂ ਇੱਕ ਕੁਮੈਦ ਵਛੇਰੇ ਦਾ ਦੋਸਤਾਂ ਨੂੰ ਸ਼ੌਕ ਪੂਰਾ ਕਰਵਾਇਆ ਤੇ ਉਮੀਦ ਕਰਦਾ ਅੱਜ ਦੀ ਵੀਡੀਓ ਦੋਸਤਾਂ ਨੂੰ ਅੱਛੀ ਲੱਗੀ ਹੋ ਸੀ ਵੀਡੀਓ ਅੱਛੀ ਲੱਗੀ ਹੋ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਥੈਂਕਸ ਫੋਰ ਵਾਚਿੰਗ ਅੱਲਾ ਹਾਫਿਜ਼